29 ਤਰੀਕ ਨੂੰ SBI ਬੈਂਕ ਦੇ ਵਿੱਚ ਇੱਕ ਲੁੱਟ ਹੁੰਦੀ ਹੈ, ਜਿਸ ਨੂੰ ਜਿਹੜਾ ਹੈ ਲੁਟੇਰਿਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ। ਝਪਾਲ ਦੇ ਵਿੱਚ ਇਹ ਸਾਰੀ ਲੁੱਟ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਨੂੰ ਟਰੇਸ ਕਰ ਲਿੱਤਾ ਗਿਆ। ਇਸ ਤੋਂ ਪਹਿਲਾਂ ਪੁਲਿਸ ਵੱਲੋਂ ਜਿਹੜਾ ਗਨ ਹਾਊਸ 'ਤੇ ਲੁੱਟ ਹੁੰਦੀ ਹੈ, ਉਸ ਨੂੰ ਵੀ ਟਰੇਸ ਕਰ ਲਿੱਤਾ ਜਾਂਦਾ। ਸਾਡੇ ਨਾਲ ਤਰਨ ਤਾਰਨ ਦੇ SSP ਅਸ਼ਵਨੀ ਕਪੂਰ ਮੌਜੂਦ ਨੇ। ਸਰ, ਕੀ ਸਾਰਾ ਮਾਮਲਾ ਹੋਇਆ ਸੀ SBI ਬੈਂਕ 'ਚ 29 ਤਰੀਕ ਨੂੰ, ਔਰ ਕਿਸ ਤਰੀਕੇ ਨਾਲ ਇਹ ਸਾਰੇ ਲੁਟੇਰੇ ਟਰੇਸ ਹੋਏ? 29 ਤਰੀਕ ਨੂੰ ਜਦੋਂ ਹੋਈ ਸੀ ਮੌਕੇ ਤੇ ਜਾ ਕੇ ਜੋ ਅਸੈਸ ਕੀਤਾ ਗਿਆ ਸੀਗਾ ਤਾਂ ਉੱਥੋਂ ਇਹੀ ਲੱਗਿਆ ਸੀਗਾ ਕਿ ਬੰਦੇ ਸ਼ਾਇਦ ਲੋਕਲੀ ਕਿਤੇ ਹੈਗੇ ਆ, ਤੇ ਉਹ ਟੀਮਸ ਬਣਾ ਕੇ ਡਿਫਰੈਂਟ ਅਸੀਂ ਸ਼ੁਰੂ ਕਰ ਦਿੱਤੀ ਸੀ ਇਨਵੈਸਟੀਗੇਸ਼ਨ, ਔਰ ਇਸ 'ਚ ਵੱਡੀ ਸਫਲਤਾ ਜਿਹੜੀ ਹੈ CAE ਦੀ ਟੀਮ ਨੂੰ ਮਿਲੀ। ਇਹਨਾਂ ਦੀ ਅਣਥੱਕ ਜਿਹੜੀ ਮਿਹਨਤ ਹੈ ਉਹ ਰੰਗ ਲਈ, ਔਰ ਇਹਨੂੰ ਅਸੀਂ ਜਿਹੜਾ ਮੇਨ ਦੋਸ਼ੀ ਹੈ ਇਹਨਾਂ 'ਚੋਂ ਇੱਕ ਉਹਨੂੰ ਗੁਰਵਿੰਦਰ ਸਿੰਘ ਇਲੀਅਸ ਗਿੰਦਰ, ਇਹ ਨੌਸ਼ਹਿਰਾ ਪਨੂਆ ਦਾ ਰਹਿਣ ਵਾਲਾ ਔਰ ਆਸਟ੍ਰੇਲੀਅਨ ਸਿਟੀਜ਼ਨ ਹੈ, ਇੱਥੇ ਆਇਆ ਹੋਇਆ ਸੀਗਾ ਇਹ, ਔਰ ਇਹਦਾ ਇੱਕ ਸੂਰਜ ਮੁੰਡਾ ਹੈਗਾ ਇਹਦੇ ਪਿੰਡ ਦਾ, ਉਹਨੇ ਇਹਦਾ ਮੇਲ ਕਰਾ ਦਿੱਤਾ ਮੇਨ ਜਿਹੜੇ ਹੋਰ ਦੋ ਦੋਸ਼ੀ ਹੈਗੇ ਆ ਸ਼ਹਿਜਾਦ ਦੇ ਨਾਲ। ਸ਼ਹਿਜਾਦ 'ਤੇ ਇਹਨਾਂ ਨੇ ਸਕੀਮ ਬਣਾ ਲਈ ਉਦੋਂ ਬੈਂਕ ਲੁੱਟਣ ਦੀ, ਔਰ 29 ਤਰੀਕ ਨੂੰ ਇਹ ਆਪਦੀ ਭਰਾ ਦੀ ਗੱਡੀ ਲੈ ਕੇ ਜਾਂਦਾ, ਬਰੀਜ਼ਾ ਚਿੱਟੇ ਰੰਗ ਦੀ ਜੋ ਫਿਗਰ ਹੋਈ ਸੀ ਉਹ ਲਿਜਾ ਕੇ ਇਹ ਉਹਨਾਂ ਨੂੰ ਨਾਲ ਲੈਂਦਾ। ਉਹ ਜਾ ਕੇ ਬੱਸ ਸਟੈਂਡ ਤੋਂ ਇੱਕ ਪਹਿਲੇ ਮੋਟਰਸਾਈਕਲ ਖੋਲ੍ਹ ਲੈਂਦੇ, ਫਿਰ ਇਹ ਚਲੇ ਜਾਂਦਾ ਸਿੱਧਾ ਬੈਂਕ ਵੱਲ ਨੂੰ, ਔਰ ਇਹ ਜਾ ਕੇ ਇੱਕ ਰੋਈ ਦੇ ਉੱਤੋਂ ਬੁਲਟ ਮੋਟਰਸਾਈਕਲ ਖੋਹ ਕੇ ਦੋਨੋਂ ਸ਼ਹਿਜਾਦ ਅਤੇ ਉਹਦੇ ਨਾਲ ਇੱਕ ਜਿਹੜਾ ਅਣਪਛਾਤਾ ਬੰਦਾ, ਕਿਉਂਕਿ ਉਹਦੀ ਜਿਹੜੀ ਸ਼ਨਾਖਤ ਹੈ ਸ਼ਹਿਜਾਦ ਹੀ ਕਰੇਗਾ, ਉਹ ਚਲੇ ਜਾਂਦੇ ਆ ਉੱਥੇ ਬੈਂਕ 'ਤੇ। ਝਪਾਲ ਜਾ ਕੇ 2-2.5 ਮਿੰਟ ਦੇ ਵਿੱਚ ਜਿਹੜੀ ਹੈ ਉਹ ਡਕੈਤੀ ਨੂੰ ਅੰਜਾਮ ਦਿੰਦੇ ਆ। ਡਕੈਤੀ ਨੂੰ ਅੰਜਾਮ ਦੇ ਕੇ ਫਿਰ ਮੰਨਾ ਵਾਲਾ ਜਿਹੜਾ ਟੋਲ ਪਲਾਜ਼ਾ ਹੈਗਾ ਉੱਤੋਂ ਪਹਿਲੇ ਹੀ ਕ੍ਰੋਸ ਨਹੀਂ ਕਰਦੇ, ਉਹ ਮੋਟਰਸਾਈਕਲ ਉੱਥੇ ਖੜ੍ਹਾ ਕਰਕੇ ਅਤੇ ਉਹਦੀ ਗੱਡੀ 'ਚ ਜਿਹੜਾ ਸ਼ਹਿਰ ਆ ਜਾਂਦੇ ਆ, ਸ਼ਹਿਰ ਆ ਕੇ ਆਪਣੇ ਆਪਣੇ ਘਰ ਚਲੇ ਜਾਂਦੇ ਆ। ਔਰ ਉਸ ਤੋਂ ਬਾਅਦ ਇਹ 90,000 ਰੁਪਇਆ ਇਹਦੇ ਕੋਲੋਂ ਜਿਹੜੀ ਲੁੱਟਦੀ ਰਕਮ ਸੀ ਉਹਦੇ 'ਚੋਂ ਰਿਕਵਰ ਹੋਇਆ ਗਿੰਦਰ ਕੋਲੋਂ, ਔਰ ਇੱਕ ਜਿਹੜੀ ਉਹਨਾਂ ਨੇ ਗੰਨ ਖੋਈ ਸੀਗੀ ਡਬਲ ਬੈਰਲ ਗਾਰਡ ਕੋਲੋਂ ਉਹ ਇਹਦੇ ਕੋਲੋਂ ਰਿਕਵਰ ਹੋਈ ਹੈ। ਅਤੇ ਇਹਦੇ 'ਚੋਂ ਇੱਕ ਜਿਹੜਾ ਮੁੰਡੇ ਨੇ ਮੇਲ ਕਰਾਇਆ ਸੀ ਜਿਹੜਾ ਲੁੱਟ 'ਚ ਉਹਦੀ ਹਜੇ ਰੋਲ ਅਸੀਂ ਪਤਾ ਕਰ ਰਹੇ ਹਾਂ, ਜਿਹੜਾ ਸੂਰਜ ਹੈਗਾ ਅਤੇ ਇੱਕ ਉਹ ਅਤੇ ਜਿਹੜਾ ਸ਼ਹਿਜਾਦ ਅਤੇ ਇੱਕ ਹੋਰ ਤਿੰਨ ਮੁੰਡੇ ਹਜੇ ਰਹਿੰਦੇ ਆ ਅਰੈਸਟ ਕਰਨੇ। ਬਿਲਕੁਲ ਦੱਸ ਦਈਏ ਕਿ ਜਿਹੜਾ CAE ਸਟਾਫ ਦੀਆਂ ਟੀਮਾਂ ਵੱਲੋਂ ਜਿਹੜੇ ਵਹੀਕਲ ਸਰ ਉਹ ਵੀ ਸਾਰੇ ਰਿਕਵਰ ਕਰ ਲਿੱਤੇ ਗਏ, ਜਿਵੇਂ ਗੱਲ ਕਰ ਲਈਏ ਕਾਰ ਸੀ ਔਰ ਬੁਲਟ ਔਰ ਇੱਕ ਮੋਟਰਸਾਈਕਲ ਸੀ। ਬਿਲਕੁਲ ਜੀ, ਜਿਹੜੀ ਕਾਰ ਡਕੈਤੀ 'ਚ ਯੂਜ਼ ਹੋਈ ਸੀ ਔਰ ਜਿਹੜੇ ਮੋਟਰਸਾਈਕਲ ਇਹਨਾਂ ਨੇ ਇੱਕ ਪਹਿਲੇ ਅਬਡਨ ਕੀਤਾ ਸੀ ਅਤੇ ਜਿਹੜਾ ਬੁਲਟ ਮੋਟਰਸਾਈਕਲ, ਤਿੰਨੋਂ ਵਹੀਕਲ ਜਿਹੜੇ ਯੂਜ਼ ਕੀਤੇ ਆ ਉਹ ਰਿਕਵਰ ਹੋ ਚੁੱਕੇ ਆ। ਹੁਣ 3 ਮੁਲਜ਼ਮ ਅਤੇ 2 ਵੈਪਨ ਜਿਹੜੇ ਯੂਜ਼ ਹੋਏ ਸੀਗੇ ਡਕੈਤੀ 'ਚ ਉਹ ਰਿਕਵਰ ਹੋਣੇ ਰਹਿੰਦੇ ਅਤੇ ਬਾਕੀ ਪੈਸੇ ਰਹਿ ਗਏ ਮੇਜਰ। ਸਰ, ਯੂਥ ਨੂੰ ਵੈਸੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਜਿਵੇਂ ਤੁਸੀਂ ਦੱਸ ਰਹੇ ਹੋ ਕਿ ਆਸਟ੍ਰੇਲੀਅਨ ਸਿਟੀਜ਼ਨ ਹੈ, ਇੱਥੇ ਆ ਕੇ ਇਹੋ ਜਿਹੇ ਕੰਮ ਕਰ ਰਹੇ ਨੇ, ਕਿ ਨਸ਼ੇ ਦੀ ਲੱਤ ਕਾਰਨ ਸਾਰਾ ਹੋਇਆ ਹੈ? ਬਿਲਕੁਲ ਜੀ, ਇਸ ਡਰੱਗ ਅਡਿਕਸ਼ਨ ਕਰਕੇ ਹੀ ਹੈ। ਇਹਦੀ ਜਿਹੜੀ ਫੈਮਿਲੀ ਹੈ ਉਹ ਆਸਟ੍ਰੇਲੀਅਨ ਸਿਟੀਜ਼ਨ ਹੈ, 14 ਸਾਲ ਦਾ ਇਹਦਾ ਬੇਟਾ ਹੈ, ਔਰ ਇਹ ਵੀ ਆਪ ਵੀ ਸਿਟੀਜ਼ਨ ਹੈ, ਇੱਧਰ ਆਇਆ ਸੀ। ਇਹਦੇ ਬ੍ਰਦਰਸ ਨੇ, ਉਹ ਦੋਨੋਂ ਟੀਚਰ ਹੈ, ਸੱਭਿਆ ਜਾਇਦਾਦ ਹੈ, 70-80 ਕਿੱਲੇ ਇਹਨਾਂ ਦੀ ਪਹਿਲੀ ਹੈ, ਬਟ ਉਹ ਇਹੀ ਕਹਿੰਦੇ ਵੀ ਅਸੀਂ ਇਹਨੂੰ ਮਨ੍ਹਾ ਕਰਦੇ ਸੀਗੇ ਔਰ ਇਹ ਪੈਸੇ ਲੈ ਕੇ ਚੋਰੀ ਵੀ ਨਸ਼ਾ ਨੁਸ਼ਾ ਜਿੱਦਣ ਦਾ ਇਹ ਉੱਥੋਂ ਆਇਆ ਸੀਗਾ, ਨਸ਼ਾ ਕਰਦਾ ਸੀ, ਉਹਨਾਂ ਦੇ ਮਨ੍ਹਾ ਕਰਨ ਦੇ ਬਾਵਜੂਦ ਵੀ ਇਹ ਚੋਰੀ ਕਿਸੇ ਤੋਂ ਪੈਸੇ ਉਧਾਰੇ ਉਧੂਰੇ ਲੈ ਕੇ ਕਰਦਾ ਸੀ, ਔਰ ਨਸ਼ੇ ਦੀ ਲੱਤ 'ਤੇ ਇਹ ਇੱਥੇ ਤੱਕ ਪਹੁੰਚ ਗਿਆ ਉਹਨੂੰ ਪੂਰਤੀ ਕਰਨ ਵਾਸਤੇ। ਸਰ, ਬਾਕੀ ਜਿਹੜੇ ਦੋਸ਼ੀ ਨੇ ਉਹ ਵੀ ਤੁਹਾਡੇ ਟਰੇਸਿੰਗ ਦੇ ਵਿੱਚ ਨੇ, ਔਰ CCTV ਦੇ ਵਿੱਚ ਹੋਰ ਕੁਝ ਸਾਹਮਣੇ ਆਇਆ ਹੋਵੇ? ਨਹੀਂ ਜੀ, ਬਾਕੀ ਤਾਂ ਜਿਹੜਾ ਇੱਕ ਮੁੰਡਾ ਉਹਦਾ ਅਸੀਂ ਸ਼ਾਇਦ ਨੇੜੇ ਪਹੁੰਚੇ ਹੋਏ ਹਾਂ, ਅੱਜ ਹੀ ਮੇਬੀ ਅਰੈਸਟ ਹੋ ਜਾਏਗਾ ਜਿਹੜਾ ਸੂਰਜ ਸੀ। ਬਾਕੀ ਸ਼ਹਿਜਾਦ ਜਦੋਂ ਅਰੈਸਟ ਹੋ ਜਾਏਗਾ ਉਸ ਤੋਂ ਬਾਅਦ ਫਿਰ 4th ਜਿਹੜਾ ਅਕਿਊਜ਼ਡ ਹੈ ਉਹ ਆਇਡੈਂਟੀਫਾਈ ਹੋ ਜਾਏਗਾ। ਅਕਿਊਜ਼ਡਾਂ 'ਤੇ ਕੋਈ ਪਹਿਲੇ ਵੀ ਮਾਮਲੇ ਦਰਜ ਨੇ, ਕਿਸੇ 'ਤੇ ਕੋਈ ਆਇਡੈਂਟੀਫਾਈ ਹੋਏ?
ਇਹ ਜਿਹੜਾ ਸ਼ਹਿਜ਼ਾਦ ਹੈ ਜੀ, ਇਹ ਵੀ 4 ਸਾਲ ਦੁਬਈ ਕੰਮ ਕਰਕੇ ਆਇਆ ਔਰ 1 ਸਾਲ ਤੋਂ ਇੱਥੇ ਇੰਡੀਆ ਆਇਆ ਹੋਇਆ, ਔਰ ਇਹਦੇ 'ਤੇ ਸ਼ਾਇਦ ਐਨਡੀ ਦਾ ਇੱਕ ਪਰਚਾ ਪਤਾ ਲੱਗਿਆ ਵੀ ਚੰਡੀਗੜ੍ਹ ਪੁਲਿਸ 'ਚ ਦਰਜ ਹੋਇਆ ਸੀ, ਔਰ ਉੱਥੋਂ ਮਹੀਨਾ ਡੇਢ ਮਹੀਨਾ ਪਹਿਲੇ ਇਹ ਬੇਲ ਆਊਟ ਹੋ ਕੇ ਆਇਆ ਸੀ। ਥੈਂਕ ਯੂ ਸਰ। ਇਹ ਸਨ ਤਰਨ ਤਾਰਨ ਦੇ SSP, ਔਰ ਇਹਨਾਂ ਨੂੰ ਦੱਸਿਆ ਗਿਆ ਕਿ ਇੱਕ ਜਿਹੜਾ ਮੁਲਜ਼ਮ ਹੈ ਉਸਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ, ਔਰ ਬਾਕੀ ਜਿਹੜੇ ਨੇ ਜਲਦ ਹੀ ਗ੍ਰਿਫਤਾਰ ਕਰ ਲਿੱਤੇ ਜਾਣਗੇ। ਔਰ ਪੁਲਿਸ ਦਾ ਦਾਅਵਾ ਹੈ ਕਿ ਜਿਹੜੀ ਰਕਮ ਹੈ 90,000 ਰੁਪਏ ਜਿਹੜੀ ਰਿਕਵਰੀ ਹੋਈ ਹੈ ਫਿਲਹਾਲ, ਬਾਕੀ ਪੈਸੇ ਵੀ ਜਿਹੜੇ ਜਲਦ ਹੀ ਰਿਕਵਰ ਕਰ ਲਿੱਤੇ ਜਾਣਗੇ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18।